ਪੈਟਰੋਲ ਪੰਪ ਦੇ ਕਰਿੰਦੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਪਵਾਉਣ ਆਏ ਹੀ ਦੋ ਬਦਮਾਸ਼ਾਂ ਦੇ ਨਾਲ ਇਸ ਪੈਟਰੋਲ ਪੰਪ ਦੇ ਕਰਿੰਦੇ ਦੀ ਬਹਿਸ ਹੋ ਜਾਂਦੀ ਹੈ ਤੇ ਬਹਿਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਆਏ ਸਨ ਇਹ ਦੋ ਬਦਮਾਸ਼ ਅਤੇ ਫਿਰ ਪੈਟਰੋਲ ਪੰਪ ਦੇ ਕਰਿੰਦੇ ਨਾਲ ਹੀ ਬਹਿਸ ਕਰਨ ਲੱਗ ਜਾਂਦੇ ਨੇ ਅਤੇ ਦੇਖਦੇ ਹੱਥੋਂ ਪਾਈ ਤੱਕ ਉਤਰ ਆਉਂਦੇ ਨੇ। ਇਸ ਵਿਚਾਲੇ ਇੱਕ ਹੋਰ ਪੈਟਰੋਲ ਪੰਪ ਦਾ ਕਰਿੰਦਾ ਇਹਨਾਂ ਬਦਮਾਸ਼ਾਂ ਨੂੰ ਉਸ ਨਾਲ ਰੋਕਣ ਦੇ ਲਈ ਆਉਂਦਾ ਹੈ। ਇੱਕ ਪਾਸੇ ਇੱਕ ਬਦਮਾਸ਼ ਦੇ ਨਾਲ ਇੱਕ ਕਰਿੰਦਾ ਲੜ ਰਿਹਾ ਹੁੰਦਾ ਹੈ ਤੇ ਦੂਸਰੇ ਪਾਸੇ ਦੂਸਰੇ ਬਦਮਾਸ਼ ਦੇ ਨਾਲ ਦੂਸਰੇ ਪੈਟਰੋਲ ਪੰਪ ਦਾ ਕਰਿੰਦਾ ਲੜ ਰਿਹਾ ਹੁੰਦਾ ਹੈ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਵੀ ਇਹਨਾਂ ਨੂੰ ਰੋਕਿਆ ਜਾਂਦਾ, ਹਟਾਇਆ ਜਾਂਦਾ ਹੈ। ਇਸ ਤੋਂ ਬਾਅਦ ਇਹ ਲੜਾਈ ਵਾਲੀ ਗੱਲ ਖਤਮ ਹੋ ਜਾਂਦੀ ਹੈ, ਪਰ ਜਿਵੇਂ ਹੀ ਇਹ ਪੈਟਰੋਲ ਪੰਪ ਦਾ ਕਰਿੰਦਾ ਰੋਟੀ ਲੈਣ ਲਈ ਘਰ ਜਾਂਦਾ ਆ ਤਾਂ ਇੰਨਾ ਹੀ ਬਦਮਾਸ਼ਾਂ ਦੇ ਵੱਲੋਂ ਉਸਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ, ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਇਸ ਕਰਿੰਦੇ ਦੇ ਕੋਲ ਜੋ ਪੈਟਰੋਲ ਪੰਪ ਦੀ ਨਕਦੀ ਪਈ ਸੀ ਉਹ ਵੀ ਖੋ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਹੀ ਇਸ ਕਰਿੰਦੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਉਧਰ ਸੀਸੀਟੀਵੀ ਤਸਵੀਰਾਂ ਨੂੰ ਲੈ ਕੇ ਹੀ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮਾਮਲਾ ਕਪੂਰਥਲਾ ਗੋਇੰਦਵਾਲ ਰੋਡ ਤੇ ਬਣੇ ਦੁਆਬਾ ਪੈਟਰੋਲ ਪੰਪ ਦਾ ਆ, ਜਿੱਥੋਂ ਦਾ ਇਹ ਸੇਲਜ਼ਮੈਨ ਦੱਸਿਆ ਜਾ ਰਿਹਾ ਹੈ ਜਿਸ ਦੇ ਨਾਲ ਕੁੱਟਮਾਰ ਹੋਈ ਹੈ, ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ, ਬੁਰੀ ਤਰ੍ਹਾਂ ਉਸਨੂੰ ਜ਼ਖਮੀ ਕੀਤਾ ਗਿਆ ਹੈ। ਉਧਰ ਪਰਿਵਾਰ ਵੀ ਇਨਸਾਫ ਦੀ ਮੰਗ ਕਰ ਰਿਹਾ ਹੈ। ਕੀ ਹਾਦਸਾ ਹੋਇਆ ਤੁਹਾਡੇ ਨਾਲ? ਸਾਡੇ ਪੰਪ ਦੇ ਪਹਿਲਾਂ 8:30 ਵਜੇ ਆਏ, ਉਦੋਂ ਤੇਲ ਪਵਾਇਆ ਇਹਨਾਂ ਨੇ, ਤੇਲ ਪਵਾ ਕੇ ਬਹਿਸ ਬਸ ਹੋ ਗਿਆ ਇਹਨਾਂ ਦਾ। ਕਿੰਨਾ ਮੁੰਡੇ ਆ ਜਿਹੜਾ ਮੱਸੂ ਸੀਗਾ ਤੇ ਡਰਾਈਵਰ ਹੈਗਾ, ਪਿੱਛੋਂ ਲਾਹੌਰੀ ਦਾ ਉਹਦੇ ਡਰਾਈਵਰ ਹੈ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਆ ਗਏ, ਫਿਰ ਉਹ ਦੁਬਾਰਾ ਮੁੰਡਾ ਪੰਪ ਦੇ ਸਾਹਮਣੇ ਸੀਗਾ ਤੇ ਉੱਥੇ ਨਾਲ ਸਾਡੇ ਦੋ ਮੁੰਡੇ ਸੀ, ਇੱਕ ਮੈਨੇਜਰ ਸੀਗਾ ਤੇ ਦੂਸਰਾ ਮੁੰਡਾ ਸਾਡਾ ਸੇਲਮੈਨ ਸੀਗਾ ਨਾਲ। ਅੱਛਾ ਜੀ। ਤੇ ਉਹ ਰੋਟੀ ਲੈਣ ਗਏ ਸੀ ਦੋਵੇਂ ਜਾਣੇ, ਤੇ ਉਦੋਂ ਦੀ ਮਗਰ ਲੱਗੇ ਸੀ ਕਿਤੇ ਉਹਨਾਂ ਦੇ, ਤੇ ਉਹਦੇ ਨਾਲ ਪਹਿਲਾਂ ਫੜ ਕੇ ਉਹਦੀ ਜੇਬ 'ਚ ਜਿੰਨੇ ਪੈਸੇ ਸੀ ਉਹ ਵੀ ਖੋਲ੍ਹੇ ਉਹਨਾਂ ਨੇ, ਅਤੇ ਉਸ ਤੋਂ ਬਾਅਦ ਸਿਰ 'ਚ ਦਾਤ ਮਾਰਿਆ ਉਹਦੇ, ਅਤੇ ਹੁਣ ਵਿਚਾਰੇ ਦਾ ਹੋਸਪਿਟਲ ਲੈ ਕੇ ਆਏ ਉਹਨੂੰ, ਇਹ ਫਸਟ ਏਡ ਦਿੰਦੇ ਫਿਰ ਉਹਨੂੰ ਬਾਅਦ 'ਚ MRI ਕਰਾਵਾਂਗੇ ਜੇ ਪਤਾ ਲੱਗੂ ਕਿੰਨੀ ਸੱਟ ਲੱਗੀ ਹੈ। ਪੈਟਰੋਲ ਪੰਪ ਦੇ ਕਰਿੰਦੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਪਵਾਉਣ ਆਏ ਹੀ ਦੋ ਬਦਮਾਸ਼ਾਂ ਦੇ ਨਾਲ ਇਸ ਪੈਟਰੋਲ ਪੰਪ ਦੇ ਕਰਿੰਦੇ ਦੀ ਬਹਿਸ ਹੋ ਜਾਂਦੀ ਹੈ ਤੇ ਬਹਿਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਆਏ ਸਨ ਇਹ ਦੋ ਬਦਮਾਸ਼ ਅਤੇ ਫਿਰ ਪੈਟਰੋਲ ਪੰਪ ਦੇ ਕਰਿੰਦੇ ਨਾਲ ਹੀ ਬਹਿਸ ਕਰਨ ਲੱਗ ਜਾਂਦੇ ਨੇ ਅਤੇ ਦੇਖਦੇ ਹੱਥੋਂ ਪਾਈ ਤੱਕ ਉਤਰ ਆਉਂਦੇ ਨੇ। ਇਸ ਵਿਚਾਲੇ ਇੱਕ ਹੋਰ ਪੈਟਰੋਲ ਪੰਪ ਦਾ ਕਰਿੰਦਾ ਇਹਨਾਂ ਬਦਮਾਸ਼ਾਂ ਨੂੰ ਉਸ ਨਾਲ ਰੋਕਣ ਦੇ ਲਈ ਆਉਂਦਾ ਹੈ। ਇੱਕ ਪਾਸੇ ਇੱਕ ਬਦਮਾਸ਼ ਦੇ ਨਾਲ ਇੱਕ ਕਰਿੰਦਾ ਲੜ ਰਿਹਾ ਹੁੰਦਾ ਹੈ ਤੇ ਦੂਸਰੇ ਪਾਸੇ ਦੂਸਰੇ ਬਦਮਾਸ਼ ਦੇ ਨਾਲ ਦੂਸਰੇ ਪੈਟਰੋਲ ਪੰਪ ਦਾ ਕਰਿੰਦਾ ਲੜ ਰਿਹਾ ਹੁੰਦਾ ਹੈ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਵੀ ਇਹਨਾਂ ਨੂੰ ਰੋਕਿਆ ਜਾਂਦਾ, ਹਟਾਇਆ ਜਾਂਦਾ ਹੈ। ਇਸ ਤੋਂ ਬਾਅਦ ਇਹ ਲੜਾਈ ਵਾਲੀ ਗੱਲ ਖਤਮ ਹੋ ਜਾਂਦੀ ਹੈ, ਪਰ ਜਿਵੇਂ ਹੀ ਇਹ ਪੈਟਰੋਲ ਪੰਪ ਦਾ ਕਰਿੰਦਾ ਰੋਟੀ ਲੈਣ ਲਈ ਘਰ ਜਾਂਦਾ ਆ ਤਾਂ ਇੰਨਾ ਹੀ ਬਦਮਾਸ਼ਾਂ ਦੇ ਵੱਲੋਂ ਉਸਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ, ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਇਸ ਕਰਿੰਦੇ ਦੇ ਕੋਲ ਜੋ ਪੈਟਰੋਲ ਪੰਪ ਦੀ ਨਕਦੀ ਪਈ ਸੀ ਉਹ ਵੀ ਖੋ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਹੀ ਇਸ ਕਰਿੰਦੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਉਧਰ ਸੀਸੀਟੀਵੀ ਤਸਵੀਰਾਂ ਨੂੰ ਲੈ ਕੇ ਹੀ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮਾਮਲਾ ਕਪੂਰਥਲਾ ਗੋਇੰਦਵਾਲ ਰੋਡ ਤੇ ਬਣੇ ਦੁਆਬਾ ਪੈਟਰੋਲ ਪੰਪ ਦਾ ਆ, ਜਿੱਥੋਂ ਦਾ ਇਹ ਸੇਲਜ਼ਮੈਨ ਦੱਸਿਆ ਜਾ ਰਿਹਾ ਹੈ ਜਿਸ ਦੇ ਨਾਲ ਕੁੱਟਮਾਰ ਹੋਈ ਹੈ, ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ, ਬੁਰੀ ਤਰ੍ਹਾਂ ਉਸਨੂੰ
ਜ਼ਖਮੀ ਕੀਤਾ ਗਿਆ। ਉਧਰ ਪਰਿਵਾਰ ਵੀ ਇਨਸਾਫ ਦੀ ਮੰਗ ਕਰ ਰਿਹਾ ਹੈ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਆ ਕੇ ਫਿਰ ਉਹ ਦੁਬਾਰਾ ਮੁੰਡਾ ਕੰਪਨੀ ਸਾਹਮਣੇ ਸੀਗਾ ਤੇ ਉੱਥੇ ਨਾਲ ਸਾਡੇ ਦੋ ਮੁੰਡੇ ਸੀ, ਇੱਕ ਮੈਨੇਜਰ ਸੀਗਾ ਤੇ ਦੂਸਰਾ ਮੁੰਡਾ ਸਾਡਾ ਸੇਲਮੈਨ ਸੀਗਾ ਨਾਲ। ਅੱਛਾ ਜੀ। ਤੇ ਉਹ ਰੋਟੀ ਲੈਣ